कितने की हिसाब से बाप प्यो दुबई पहुंच चुके हैं, एयरपोर्ट तो चले हैं, गड्डी कराई है, शाम के टाइम पहुंचा जावे। ਬਾਬੇ ਉਹ ਦੁਬਈ ਆ ਚੁੱਕੇ ਹਾਂ, ਠੀਕ ਹੈ। ਦੁਬਈ ਬਾਰੇ ਗੱਲਾਂ ਬਾਤਾਂ ਕਰਦੇ ਹਾਂ, ਤੁਹਾਨੂੰ ਦੱਸਦੇ ਹਾਂ। ਅਜ਼ਰਬਾਈਜਾਨ ਬਹੁਤ ਠੰਡ ਸੀ, ਕੋਟ ਕੋਟੀਆਂ ਪੈਂਦੇ ਸੀਗੀਆਂ। ਇੱਕਦਮ ਜਦੋਂ ਇੱਥੋਂ ਆਏ ਬਾਬੇ, ਕੇਰਾ ਤਾਂ ਐਂ ਲੱਗੇ ਜਿਵੇਂ ਸਾਹ ਜਿਹਾ ਬੰਦ ਹੋ ਗਿਆ ਹੁੰਦਾ, ਅਤੇ ਗਰਮਾਇਸ਼ ਜੀ ਲੱਗੀ। ਅਤੇ ਮੈਂ ਕੋਟੀ ਜੀ ਪਾ ਕੇ ਜਦੋਂ ਬਾਹਰ ਨਿਕਲਿਆ, ਗੇੜਾ ਛੇੜਾ ਲਾਇਆ, ਜਦੋਂ ਮੈਂ ਥੋੜ੍ਹਾ ਬਾਹਰ ਨੂੰ ਹੋਰ ਆਇਆ ਰੋਡ ਜੇ 'ਤੇ, ਤੱਤੀ ਤੱਤੀ ਹਵਾ ਚੱਲੇ, ਮੈਂ ਦੇਖਿਆ ਮੈਂ ਕਿਸੇ ਕੋਟੀ ਸਵੈਟਰ ਪਾਏ ਨਹੀਂ, ਮੈਂ ਫੁੱਤੂ ਹੀ ਪਾਈ ਫਿਰਦਾ ਬਾਬੇ। ਫਿਰ ਮੈਂ ਲਾ ਕੇ ਬਾਬੇ ਪਾਇਆ ਜੇਬ 'ਚ, ਅਤੇ ਗੇੜਾ ਛੇੜਾ ਦਿੱਤਾ, ਅੱਗ ਚੱਲਦੀ ਅੱਗ, ਅਤੇ ਐਂ ਜਿਹਾ ਲੱਗਿਆ ਜਿਵੇਂ ਸਾਹ ਜਿਹਾ ਬੰਦ ਹੋ ਗਿਆ ਨਾ, ਆਕਸੀਜਨ ਦੀ ਜਿਵੇਂ ਘੱਟ ਗਈ ਹੁੰਦੀ ਆ, ਇੱਦਾਂ ਐਂ ਲੱਗਿਆ ਗੇੜਾ ਤਾਂ। ਅਤੇ ਇੱਥੋਂ ਦੇ ਬੰਦਿਆਂ ਨਾਲ ਗੱਲਬਾਤ ਕਰੀ, ਉਹ ਕਹਿੰਦੇ ਬਾਈ ਗਰਮੀ ਇੱਥੇ ਇੰਨੀ ਪੈਂਦੀ ਆ ਹੱਦ ਤੋਂ ਜ਼ਿਆਦਾ, ਠੰਡ ਤਾਂ ਭੁੱਲ ਜਾਓ। ਕਹਿੰਦੇ ਪਿਛਲੇ ਤੋਂ ਪਿਛਲੇ ਸਾਲ ਥੋੜ੍ਹੀ ਠੰਡ ਪਈ ਸੀ ਕਿ ਹਫ਼ਤਾ ਕੁ ਸਵੈਟਰ ਪੈ ਗਿਆ ਸੀਗਾ, ਨਹੀਂ ਇੱਥੇ ਸਵੈਟਰ ਕੋਟੀ ਤਾਂ ਪੈਂਦੇ ਹੀ ਨਹੀਂ। ਹਾਂ ਠੰਡ ਹੁੰਦੀ ਹੈ, ਜਿਵੇਂ ਆਪਣੇ 12ਵੇਂ ਮਹੀਨੇ 'ਚ ਜਨਵਰੀ ਠੰਡ ਹੋ ਜਾਂਦੀ ਹੈ, ਉੱਦਾਂ ਦਾ ਮੌਸਮ ਹੋ ਜਾਂਦਾ, ਬਟ ਇਹ ਹੈ ਵੀ ਇੱਥੇ ਕੋਈ ਫਰਕ ਨਹੀਂ ਪੈਂਦਾ। ਤਾਂ ਇਹ ਹੋ ਜਾਂਦਾ ਵੀ ਬਸ ਪਸੀਨਾ ਹੁਣ ਹਟ ਜਾਂਦਾ ਬੰਦੇ ਨੂੰ, ਜੋ ਠੰਡ ਪੈਂਦੀ ਹੈ ਵੀ ਬੰਦੇ ਨੂੰ ਪਸੀਨਾ ਹੁਣ ਹਟ ਜੂ, ਹੋਰ ਕੋਈ ਫਰਕ ਨਹੀਂ ਪੈਂਦਾ, ਬਸ ਲਾਟ ਹੀ ਪੈਂਦੀ ਹੈ। ਅਤੇ ਦਰਖਤ ਦਰੁਖਤ ਘੱਟ ਹੀ ਨੇ, ਤੁਹਾਨੂੰ ਦਿਖਾਵਾਂਗੇ। ਅਤੇ ਭੈਣ ਚੋਂ ਤਾਂ ਵੈਜ ਖਾਣਾ ਹੀ ਨਾ ਮਿਲਿਆ ਬਾਬੇ, ਵੈਜੀਟੇਰੀਅਨ ਫੂਡ ਭਾਲ ਲਿਆ ਸੀ, ਮਸਾ ਤੁਰ ਫਿਰ ਕੇ ਇੱਧਰ ਉੱਧਰ ਪਾ ਕੇ ਪਾਕਿਸਤਾਨੀ ਢਾਬੇ ਲੱਭੇ, ਉੱਥੇ ਜਾ ਕੇ ਖਾਧਾ ਰੋਟੀ ਦਾਲ ਸਬਜ਼ੀ। ਨਹੀਂ ਭੈਣ ਦੇ ਮਰਾ ਗਿਆ ਵੈਜੀਟੇਰੀਅਨ, ਤਾਂ ਸਾਰੇ ਚੱਕਣੀ ਕੋਈ ਬੱਕਰਾ ਕਦੇ ਕੁਛ ਕਦੇ ਕੁਛ, ਮੈਨੂੰ ਅਲਕਤ ਬਹੁਤ ਹੁੰਦੀ ਇਹ ਚੀਜ਼ਾਂ ਤੋਂ, ਮੈਂ ਖਾਂਦਾ ਨਹੀਂ। ਮੈਨੂੰ ਐਂ ਜੇ ਲੱਗਿਆ ਵੀ ਕਿਤੇ ਕਿਤੇ ਮੇਰੇ ਹਾਲ ਦਾ ਮੈਨੂੰ ਲਪੇਟਣ ਨਾ ਪਾਈ ਕਿਤੇ ਚਿਕਨ, ਭੈਣ ਦਾ ਮਿਲਦੀ ਨਹੀਂ ਕਿ ਬਾਹਰ ਬਹੁਤ ਘੱਟ ਬਾਬੇ, ਬਹੁਤ ਘੱਟ ਹਜੇ ਹੈਗਾ ਹੀ ਬਹੁਤ ਮਹਿੰਗਾ। ਅਤੇ ਫਿਰ ਅਸੀਂ ਰੋਟੀ ਰੋਟੀ ਖਾਧੀ, ਅਤੇ ਹੁਣ ਉੱਠੇ ਹਾਂ। ਅਤੇ ਇੱਕ ਦੋ ਗੱਲਾਂ ਉਹਨੂੰ ਮੈਂ ਹੋਰ ਜ਼ਰੂਰੀ ਦੱਸਦਾ ਦੁਬਈ ਦੀਆਂ, ਠੀਕ ਹੈ। ਨੰਬਰ ਪਹਿਲੇ ਤਾਂ ਇੱਥੇ ਤੁਸੀਂ ਵਟਸਐਪ 'ਤੇ, ਸਨੈਪਚੈਟ 'ਤੇ, ਇੰਸਟਾਗ੍ਰਾਮ 'ਤੇ ਨਾ ਆਡੀਓ ਕਾਲ ਨਾ ਵੀਡੀਓ ਕਾਲ ਕਰ ਸਕਦੇ, ਇਹ ਤੁਸੀਂ ਕਰ ਨਹੀਂ ਸਕਦੇ। ਪਤਾ ਨਹੀਂ ਕਹਿੰਦੇ VPN ਡਾਊਨਲੋਡ ਕਰਨਾ ਪੈਂਦਾ, ਉਹ ਮੈਂ ਹਜੇ ਕਰਿਆ ਸੀ ਕਿ ਚੱਲਿਆ ਨਹੀਂ, ਸਾਡੇ ਤਾਂ ਹਿਸਾਬ 'ਚ ਨਹੀਂ ਆਇਆ ਹਜੇ, ਅੱਜ ਕਰਾਂਗੇ ਦੇਖਾਂਗੇ ਹੋ ਸਕਦਾ, ਪਰ ਕਹਿੰਦੇ ਇਹ ਚੀਜ਼ਾਂ ਨਹੀਂ ਹੁੰਦੀਆਂ। ਵਟਸਐਪ ਅਸੀਂ ਕਰਕੇ ਦੇਖਿਆ ਆਪ ਖੁਦ, ਵਟਸਐਪ ਸਨੈਪਚੈਟ ਇੰਸਟਾ 'ਤੇ ਤੁਸੀਂ ਆਡੀਓ ਵੀਡੀਓ ਕਾਲ ਨਹੀਂ ਕਰ ਸਕਦੇ ਕਿਤੇ। ਅਤੇ ਸਿਮ ਅਸੀਂ ਲੈਣਾ ਸੀ, ਅੱਜ ਲਵਾਂਗੇ ਸਿਮ, ਅਤੇ ਬਾਕੀ ਹੁਣ ਅਸੀਂ ਸਾਬੇ ਦਾ ਫੁੱਟ ਖਾਂਦੇ ਹਾਂ, ਸਾਬੇ ਦਾ ਫੁੱਟ ਲੱਗ ਗਿਆ ਸਾਡਾ ਵੈਜੀਟੇਰੀਅਨ। ਸਾਰਾ ਵੈਜ ਸਮਾਨ ਪਾ ਦਿਓ ਬਾਬੇ, ਬਸ ਵੈਜੀਟੇਰੀਅਨ ਫੁੱਟ ਜਿਹਾ ਬਣਾ ਕੇ ਖਾ ਲਾਂਗੇ। ਅਤੇ ਬਾਕੀ ਬਾਬੇ ਉਹ ਸਾਬੇ ਦਾ ਫੁੱਟ ਖਾ ਕੇ ਅਸੀਂ ਚੱਲਿਆ ਬੁਰਜ ਗਰੀਬਾ, ਦਿਖਾਉਣਾ ਤੁਹਾਨੂੰ ਕਿੱਦਾਂ ਦਾ ਮਾਹੌਲ ਹੈ, ਕੀ ਗੱਲਬਾਤ ਆ, ਸਾਰੀ ਗੱਲਬਾਤ ਤੁਹਾਨੂੰ ਸੱਚ ਦੱਸਾਂਗੇ, ਲੋਕਾਂ ਵਾਂਗ ਗੱਪ ਨਹੀਂ ਮਾਰਦੇ ਜੀ। ਅਤੇ ਠੀਕ ਹੈ, ਬਹੁਤ ਮਹਿੰਗਾ ਫੁੱਟ ਆ ਬਾਬੇ, ਆਪਣੇ ਉਹੀ ਫੁੱਟ ਬਾਬੇ ਉਹ 250-300 ਦੇ ਆ ਜਾਂਦੇ ਨੇ, ਵੱਧ ਤੋਂ ਵੱਧ 400 ਦੇ, ਇੱਥੇ 1000 ਰੁਪਏ ਦਾ ਲੁੱਟ ਆ ਲੁੱਟ, ਕੋਈ ਨਾ ਹੋਰ। ਬਾਬੇ ਉਹ ਦੁਬਈ ਦੇ ਮੈਟਰੋ ਸਟੇਸ਼ਨ ਆ ਗਏ, ਮੈਟਰੋ ਸਟੇਸ਼ਨ ਕਾਰਡ ਕੂਡ ਬਣਿਆ ਬਾਬੇ ਆਪਣਾ, ਕਾਰਡ ਬਣਿਆ ਹੁਣ ਦੇਖਣੇ ਪੈਣਗੇ ਕਿੰਨੇ ਰੁਪਏ ਕਿੰਨਾ, ਚੈੱਕ ਕਰਨੇ ਸੀ ਕਿੰਨੇ ਰੁਪਏ ਨੇ ਕੀ ਹਿਸਾਬ। ਦੁਬਈ ਦਾ ਮੈਟਰੋ ਬਹੁਤ ਪੁਰਾਣੀ ਹੋਣੀ ਹੈ ਮੇਰੇ ਹਿਸਾਬ ਨਾਲ, ਹੈ ਨਾ। ਮੈਨੂੰ ਅਜ਼ਰਬਾਈਜਾਨ ਵਾਲੀ ਸਭ ਤੋਂ ਨਾ ਉਹ ਨਹੀਂ, ਤੁਰਕੀ ਵਾਲੀ ਬਾਹਲੀ ਪੁਰਾਣੀ ਲੱਗੀ, ਉਹ ਮੇਰੇ ਸਾਡੇ ਦੀ ਬਹੁਤ ਪੁਰਾਣੀ, ਇਹ ਤਾਂ ਆਪਣੀ ਦਿੱਲੀ ਵਾਲੇ ਨਾਲ ਦੀ ਲੱਗਦੀ ਹੈ, ਦੁਬਈ ਦਿੱਲੀ ਨਾਲ ਦਾ ਲੱਗਦਾ। ਪਤਾ ਨਹੀਂ ਪੱਥਰ ਇਹਨਾਂ ਨੇ ਇਹੋ ਜਿਹਾ ਲਾਇਆ ਵੀ ਭੈਣ ਸਾਰੀ ਉਮਰ ਚਮਕਦੀ ਰਹੂਗਾ। ਇਹ ਆ ਬਾਬੇ ਦੁਬਈ ਦਾ ਮੈਟਰੋ ਸਟੇਸ਼ਨ,
ਬਾਬੇ ਉਹ ਤੁਰਕੀ ਅਜ਼ਰਬਾਈਜਾਨ ਦੇ ਵਿੱਚ ਤੁਸੀਂ ਇੱਕ ਕਾਰਡ ਦੇ ਨਾਲ ਚਾਹੇ ਚਾਰ ਬੰਦੇ ਚੱਲ ਪਓ, ਇੱਕ ਕਾਰਡ 'ਚ ਪੈਸੇ ਫੁੱਲ ਚਾਹੇ ਚਾਰ ਬੰਦੇ ਤੁਰੇ ਫਿਰੋ, ਬਟ ਇੱਥੇ ਦੁਬਈ 'ਚ ਨਹੀਂ ਹੈਗਾ। ਦੁਬਈ 'ਚ ਤੁਸੀਂ ਇੱਕ ਕਾਰਡ 'ਤੇ ਇੱਕ ਬੰਦੇ ਚੱਲ ਸਕਦਾ, ਇੱਥੇ ਸਾਨੂੰ ਸਪੈਸ਼ਲ ਦੋ ਕਾਰਡ ਬਣਵਾਉਣੇ ਪਏ। ਦੁਬਈ ਮੋਲ ਬਾਬੇ ਬੁਰਜ ਖਲੀਫਾ ਪਹੁੰਚਣ ਵਾਲੇ ਆ, ਨਹਾਉਣਾ ਸਾਨੂੰ। ਉਹ ਆ ਗਈ ਬਾਬੇ ਉਹ ਬੁਰਜ ਖਲੀਫਾ ਦੇ ਨੇੜੇ ਪਹੁੰਚਣ ਵਾਲੇ ਅਸੀਂ ਬਸ। ਅਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦਾ, ਇੱਥੇ 80% ਲੋਕ ਹਿੰਦੀ ਬੋਲਦੇ ਨੇ, ਹਿੰਦੀ 'ਚ ਗੱਲਬਾਤ ਸਮਝ ਆਉਂਦੇ ਨੇ, ਆਪਣੇ ਵਾਲੇ ਤਾਂ ਵੱਧ ਆਉਂਦੇ ਨੇ, ਵਧੀਆ ਹਿੰਦੀ 'ਚ ਗੱਲਬਾਤ ਹੋ ਜਾਂਦੀ। ਚੱਲ ਲੱਗੇ ਦਿਖਾਉਣੇ ਆ ਤੁਹਾਨੂੰ ਸਾਰਾ ਰੰਗ ਢੰਗ, ਦੁਨੀਆ ਦੀ ਸਭ ਤੋਂ ਉੱਚੀ ਬਿਲਡਿੰਗ ਜਿਹੜੀ ਕਿ ਸਾਡੇ ਪਿੰਡ ਦੇ ਗੇਲੇ ਮਿਸਤਰੀ ਨੇ ਨੀਂਹ ਪੱਥਰ ਧਰਿਆ ਸੀਗਾ, 3 ਵਾਰੀ ਉਹਨੇ ਢੂਹੀ ਤਲਾਈ ਤਾਂ ਡਿੱਗ ਕੇ, ਅਤੇ ਫਿਰ ਕਿਤੇ ਜਾ ਕੇ ਬੁਰਜ ਖਲੀਫਾ ਬਣੇ। ਬਾਬੇ ਚੱਲਿਆ ਸੀ ਦੁਬਈ ਮੋਲ, ਅਤੇ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ ਥੋੜ੍ਹੀ ਬਹੁਤੀ। ਗੱਲਬਾਤ ਇਹੀ ਹੈ ਕਿ ਆਪਣੇ ਦੇਸ਼ ਜੋ ਆਜ਼ਾਦ ਹੋਣ ਤੋਂ ਪਹਿਲਾਂ ਬਾਬੇ ਉਹ ਨਹਿਰੂ ਵਰਗਿਆਂ ਨੂੰ ਦੁਬਈ ਦਿੱਤਾ ਜਾ ਰਿਹਾ ਸੀਗਾ, ਆਪਣੇ ਵਾਲੇ ਨੇ ਲਿੱਤਾ ਨਹੀਂ ਦੁਬਈ, ਤੁਸੀਂ ਸਰਚ ਕਰਕੇ ਦੇਖ ਲਓ ਗੂਗਲ 'ਤੇ। ਉਦੋਂ ਇੱਥੇ ਰੇਗਿਸਤਾਨ ਸੀ, ਰੇਤੇ ਰੇਤਾ, ਕਹਿੰਦੇ ਆਪਣੇ ਵਾਲੇ ਕਹਿੰਦੇ ਅਸੀਂ ਕੀ ਕਰਨਾ ਹੈ ਰੇਤਾ, ਆਪਾਂ ਨੂੰ ਮਿਲਦਾ ਸੀ ਦੁਬਈ ਪਰ ਮਿਲਿਆ ਨਹੀਂ, ਲਿੱਤਾ ਨਹੀਂ, ਪਤਾ ਨਹੀਂ ਕੀ ਚੱਕਰ ਹੈ। ਅਤੇ ਦੇਖ ਲਓ ਫਿਰ ਅੱਜ ਕਿੱਥੇ ਤੱਕ ਪਹੁੰਚ ਗਿਆ। ਇੱਥੇ ਤੱਕ ਪਹੁੰਚਣ ਦਾ ਕਾਰਨ ਕੀ ਹੈ, ਮੇਨ ਕਾਰਨ ਇਹ ਹੈ ਕਿ ਬਾਹਰਲੇ ਬੰਦੇ ਪੱਕੇ ਨਹੀਂ ਕਰਦੇ, ਠੀਕ ਹੈ, ਬਸ ਗੋਲਡਨ ਪਾਸ ਦੇ ਦੇਣਗੇ 10 ਸਾਲ ਵਾਲਾ, ਅਤੇ ਬਾਹਰਲੇ ਲੋਕਾਂ ਤੋਂ ਕੰਮ ਕਰਾਉਂਦੇ ਨੇ, ਆਪਣੇ ਇੰਡੀਅਨ ਪਾਕਿਸਤਾਨੀ ਭਾਈਆਂ ਤੋਂ ਲੇਬਰ ਕਰਾਉਂਦੇ ਨੇ। ਨੰਬਰ ਦੂਸਰੇ 'ਤੇ ਸਭ ਤੋਂ ਵੱਧ ਟੈਕਸ ਹੈ, ਇੱਥੇ ਕਾਨੂੰਨ ਵਾਲੇ ਸਖਤ ਨੇ, ਟੈਕਸ ਦਿੱਤੇ ਬਿਨਾਂ ਕੋਈ ਬੰਦਾ ਭੱਜ ਨਹੀਂ ਸਕਦਾ। ਜਿਵੇਂ ਕਿ ਹੋਟਲ ਲਿੱਤਾ ਸੀ, ਜੇ ਹੋਟਲ ਜਿਵੇਂ ਕਿ ਮੰਨ ਕੇ ਚਲੋ ਤੁਸੀਂ 20,000 ਦਾ ਹੋਟਲ ਲੈ ਲਿਆ, ਠੀਕ ਹੈ, 20,000 ਦਾ ਹੋਟਲ ਲੈ ਲਿਆ 4 ਦਿਨਾਂ ਵਾਸਤੇ, ਤਾਂ ਉਹਦੇ ਵਿੱਚੋਂ ਤੁਹਾਨੂੰ 10,000 ਰੁਪਇਆ ਸਿੱਧਾ ਸਰਕਾਰ ਦੇ ਖਾਤੇ ਜਾਂਦਾ ਹੈ। ਮੰਨ ਕੇ ਚਲੋ ਜੇ 50,000 ਦਾ ਹੋਟਲ ਹੈ ਤਾਂ 25,000 ਸਿੱਧਾ ਟੈਕਸ ਹੈ, ਇੰਨਾ ਜ਼ਿਆਦਾ ਟੈਕਸ ਹੈ, ਅਤੇ ਟੈਕਸ ਹਰ ਇੱਕ ਨੂੰ ਦੇਣਾ ਪੈਂਦਾ। ਤਾਂ ਕਰਕੇ ਕੰਟਰੀ ਬਾਬੇ ਉੱਥੇ ਤੱਕ ਪਹੁੰਚੀ ਹੋਈ ਹੈ, ਅਤੇ ਰੂਲ ਬੜੇ ਸਟ੍ਰਿਕਟ ਨੇ ਉਹ ਸਾਨੂੰ ਪਤਾ ਹੀ ਹੈ, ਅਤੇ ਬਾਹਰਲੇ ਬੰਦਿਆਂ ਨੂੰ ਪੱਕੇ ਨਹੀਂ ਕਰਦੇ। ਇਹ ਕਹਾਣੀ ਆ, ਉਹ ਸਾਹਮਣੇ ਬੁਰਜ ਖਲੀਫਾ ਹੈ, ਬੁਰਜ ਖਲੀਫਾ। ਕੋਈ ਗੱਲ ਨਹੀਂ, ਫਿਕਰ ਨਾ ਕਰੋ, ਕੋਟ ਦਿੰਦੇ ਵਿੱਚ ਇੱਦਾਂ ਵੀ ਉੱਚੀ ਮੰਜ਼ਿਲ ਬਣਾਵਾਂਗੇ, ਦੁਨੀਆ ਦਾ ਪਹਿਲੇ ਨੰਬਰ 'ਤੇ ਟਾਵਰ। ਇਹ ਆ ਬਾਬੇ ਦੁਬਈ ਮੋਲ, ਜਿਹੜਾ ਕਿ ਬਹੁਤ ਵੱਡਾ ਸ਼ੁਰੂ ਹੁੰਦਾ, ਅੱਗੇ ਚੱਲ ਕੇ ਤੁਹਾਨੂੰ ਦਿਖਾਵਾਂਗੇ। ਬਹੁਤ ਵੱਡਾ ਮੋਲ ਆ ਬਾਬੇ, ਬਹੁਤ ਜ਼ਿਆਦਾ ਵੱਡਾ। ਅੱਗੇ ਤੱਕ ਜਾਣਾ ਜੀ, ਬਹੁਤ ਵੱਡਾ ਬਾਬੇ। ਗੇਮਿੰਗ ਪੀਸੀ
¿Cuánto me dilegues? Todo igualito, pinche tampoco. Te quiero para diciembre, ni ਇਹ ਆ ਬਾਬੇ ਦੁਬਈ ਮਾਲ ਦਾ ਮੇਨ ਹੱਬ, ਠੀਕ ਹੈ। ਇਹਦੇ ਤਿੰਨ ਚਾਰ ਫਲੋਰ ਨੇ, ਦਿਖਾਉਣਾ ਤੁਹਾਨੂੰ। ਸਾਰੇ ਟੌਪ ਬ੍ਰੈਂਡ ਨੇ ਬਾਬੇ ਥੱਲਿਓ, ਡਿਓਰ ਅਰਮਾਨੀ ਬਾਬੇ ਹੋ, ਲੂਜ ਪਠਾਨ, ਸ਼ਨੈਲ, ਤੌਣ ਤੜਾਊ ਸੌਦਾ, ਤੌਣ ਤੜਾਊ ਸੌਦਾ, ਤੌਣ ਤੜਾਊ ਸੌਦਾ, ਤੌਣ ਤੜਾਊ ਸੌਦਾ। ਬੁਰਜ ਖਲੀਫਾ ਵਰਗੀਆਂ ਤਾਂ ਭੈਣ ਚੋਦੀਆਂ ਹੋਰ ਹੀ ਬਣੀਆਂ ਨੇ, ਹਜੇ ਬੁਰਜ ਖਲੀਫਾ ਕੋਲ ਤਾਂ ਪਹੁੰਚੇ ਨਹੀਂ। ਆ ਗਈ ਬੁਰਜ ਖਲੀਫਾ, ਆ ਗਈ ਆ ਗਈ ਆ ਗਈ, ਆ ਸੀ ਬਾਬੇ। ਤੌਣ ਤੜਾਊ ਸੌਦਾ, ਤੌਣ ਤੜਾਊ ਸੌਦਾ। ਚਲੋ ਟੈਮ ਕਾਫੀ ਪੀ ਕੇ ਦੇਖ ਲਈਏ ਫਿਰ। ਬਾਬੇ ਛੱਡ ਤੀਣ ਦਾ ਚਾਹ, ਬਾਬੇ ਇਹਨੂੰ ਪਸੰਦ ਨਹੀਂ ਆਈ ਹੈਗੀ। ਬਾਬੇ ਉਹ ਇਹ ਕਹਿੰਦਾ ਬਾਬੇ ਮੱਝ ਦਾ ਦੁੱਧ ਨਹੀਂ ਪੀਣਾ, ਮੈਂ ਕਹਿੰਦਾ ਝੋਟੇ ਦਾ ਦੁੱਧ ਪੀਣਾ ਸੀ ਬਾਬੇ ਪਾ ਕੇ ਦਿੱਤਾ। ਆਹ ਛੱਡਤੀ ਭੈਣ ਦੇ ਯਾਰ ਨੇ, ਲੱਖ ਰੁਪਇਆ ਲਵਾਤਾ ਉਹ ਬੇੜਾ ਗਲਤ ਨਾ ਹਟਿਆ। ਚੱਲ ਕੋਈ ਨਾ, ਚੱਲ ਤੈਨੂੰ ਦੂਜੀ ਚਾਹ ਪਿਆਊਂਗਾ ਰੇੜੀ ਵਾਲੀ। ਬਾਬੇ ਉਹ ਜ਼ਹਿਰ ਜਾਂ ਨਿਰੀ ਜ਼ਹਿਰ, ਬਾਬੇ ਉਹ ਹਾਰ ਕੇ ਦੁੱਧ ਮੰਗਾਇਆ ਬਾਬੇ ਉਹ ਫੇਰ ਵਿੱਚ ਘੋਲਿਆ, ਬਾਹਲੀ ਜ਼ਹਿਰ ਸੀ। ਆਹ ਸਾਰਾ ਮਿੱਠਾ ਜਿਹਾ ਪਾਲਿਆ ਭੈਣ ਚੋਦੀ, ਹਜੇ ਵੀ ਜ਼ਹਿਰ ਹੀ ਲੱਗਦੀ ਹੈ। ਜਿਹੜੇ ਬੰਦੇ ਪੀਂਦੇ ਉਹਨਾਂ ਵਾਸਤੇ ਵਧੀਆ, ਆਪਾਂ ਪਹਿਲੀ ਵਾਰ ਪੀਤੀ ਨਾ, ਹਜੇ ਹੌਲੀ ਹੌਲੀ ਸੁਭਾਅ ਪਊ। ਬਣ ਗਈ ਚਾਹ, ਕਾੜਾ ਬਣ ਗਿਆ ਕਾੜਾ। ਆ ਜਾਓ ਬਾਬੇ, ਆ ਜਾਓ ਮੀਆਂ ਖਲੀਫਾ, ਬਸ ਨਿਕਲਣ ਵਾਲੀ ਹੈ ਬਾਹਰੇ। ਸਾਰੇ ਕਿੱਡੇ ਦੀ ਤਿਆਰ ਹੋਏ ਖੜੇ ਨੇ, ਬਸ 10 ਮਿੰਟਾਂ ਦੇ ਵਿੱਚ ਮੀਆਂ ਖਲੀਫਾ ਸਾਡੇ ਸਾਹਮਣੇ ਬਾਹਰ ਆ ਜਾਊਗੀ, ਠੀਕ ਹੈ। ਸਾਰੇ ਬੇਟੇ ਕਰ ਰਹੇ ਨੇ, ਉੱਥੇ ਨਿਕਲੂਗੀ। ਆ ਜਾ ਬਾਬੇ, ਆ ਜਾਓ। ਬਾਬੇ ਉਹ ਮੈਨੂੰ ਐਂ ਲੱਗਦਾ ਪਾਣੀ 'ਚ ਰੰਗ ਪਾਇਆ ਹੁੰਦਾ ਇਹਨਾਂ ਨੇ। ਇਹ ਆ ਬਾਬੇ ਦੁਨੀਆਂ ਦੀ ਸਭ ਤੋਂ ਉੱਚੀ ਬਿਲਡਿੰਗ, ਜਿਹਨੂੰ ਮੀਆਂ ਖਲੀਫਾ ਵੀ ਕਹਿੰਦੇ ਨੇ, ਹੈਗੀ ਆ ਬੁਰਜ ਖਲੀਫਾ। ਬਾਬੇ ਉਹ ਜਿਹੜੇ ਫੰਗ ਜਿਹੇ ਹੁੰਦੇ ਨੇ ਵਿੱਚ ਪੁਰਜ ਕਲੀਫਾ ਦਿੰਦੇ, ਉਹ ਕਿੱਥੇ ਨੇ ਫੰਗ ਜੇ? ਫੋਟੋ ਜੀ ਕਰੀ ਬਾਹਰ ਲੋਕ ਕਰ ਦਿੰਦੇ ਨੇ। ਇੱਥੇ ਚੱਲਣਗੇ ਫਾਰੇ ਬਾਬੇ ਉਹ।
ਆ ਹੋਟਲ ਬਾਬੇ ਵਾਲੇ ਮਹਿੰਗੇ ਹੋਣਗੇ ਨਾ ਇਹ ਹੋਊਗਾ ਮਤਲਬ ਲੱਖ ਲੱਖ ਰੁਪਏ ਦਾ 50,000 ਤੋਂ ਉੱਪਰ ਹੀ ਹੋ 50,000 ਤੋਂ ਸਟਾਰਟਿੰਗ ਹੋ ਬਾਬੇ ਹੱਥ ਨੇ ਲੋਕ ਐਂ ਪੂਰਾ ਆਪਣੇ ਆਪਣੀ ਜਗ੍ਹਾ ਘੇਰ ਕੇ ਖੜ੍ਹ ਜਾਂਦੇ ਨੇ ਇੱਦਾਂ ਬੁਰਜ ਖਲੀਫਾ ਦੇਖਣ ਵਾਸਤੇ ਸਾਰਾ ਮੁਲਕ ਖੜ੍ਹਾ ਸ਼ਾਮ ਦੇ ਟਾਈਮ ਲਾਈਟਿੰਗ ਸ਼ੁਰੂ ਹੋ ਜਾਂਦੇ ਦੇਖੋ ਬਾਬੇ ਵਿਊ ਬਹੁਤ ਸੋਹਣਾ ਹੁੰਦਾ ਸ਼ਾਮ ਨੂੰ ਉਹ ਸੀ ਬੁਰਜ ਖਲੀਫਾ ਆ ਚੱਲੀ ਬਾਬੇ ਆਇਆ ਬਾਬੇ ਹੋ ਹੋ ਲਾਈਟਿੰਗ ਸ਼ੁਰੂ ਹੋ ਗਈ ਬਾਬੇ ਉਹ ਮਾਹੌਲ ਭਖਦਾ ਤੁਰੇ ਜਾਓ ਹੁਣ ਲਾਈਟਿੰਗ ਕਿਤੇ ਕਿਤੇ ਚੱਲ ਪਈ ਬਾਬੇ ਆਪਾਂ ਨੂੰ ਉੱਥੇ ਦੇਖਣੀ ਪਊਗੀ ਟਾਈਮ ਦੇਖੀ ਕਿੰਨਾ ਹੋ ਗਿਆ 7 ਵੱਜ ਗਏ ਪਰ ਹਜੇ ਦਾ ਸ਼ੋਅ ਕਿੱਥੇ ਚੱਲ ਪਿਆ ਚੱਲ ਪਿਆ ਬਾਬੇ ਚੱਲ ਪਿਆ ਰੰਗਲ ਮੰਗਲ ਪ੍ਰੋਗਰਾਮ ਬਸ ਹੁਣ ਭਖਣ ਵਾਲਾ ਮੇਲਾ ਤਾਂ ਹੁਣ ਇੱਕ ਅੱਧਾ ਬੰਦਾ ਹੁਣ ਛਾਲ ਮਾਰੂਗਾ ਇਹਦੇ ਵਿੱਚ ਉਹਦੀ ਪ੍ਰੋਗਰਾਮ ਸ਼ੁਰੂ ਹੋ ਜੂ ਬਾਬੇ ਉਹ ਜਿਵੇਂ ਕਿ ਆਪਣਾ ਇਸਤਾਨਬੁਲ 'ਚ ਚੋਰ ਚਪਟੇ ਸੀ ਉਹ ਇੱਥੇ ਸਿਸਟਮ ਹੈ ਨੀਗਾ ਇੱਥੇ ਪੂਰੀ ਸਖਤਾਈ ਹੈ ਇੱਥੇ ਤੁਹਾਨੂੰ ਚੋਰ ਨਹੀਂ ਮਿਲਣਗੇ ਇੱਥੇ ਤੁਸੀਂ ਬੇਚਿੰਤ ਹੋ ਕੇ ਘੁੰਮ ਸਕਦੇ ਹੋ ਠੀਕ ਹੈ ਆ ਕਿਸ਼ਤੀਆਂ ਨੇ ਕਿਸ਼ਤੀਆਂ 'ਚ ਵੀ ਝੂਟਾ ਲੈ ਸਕਦੇ ਹੋ ਤੁਸੀਂ ਮਿਲਣਾ ਖੜੀਆਂ ਨੇ ਚਾਰੇ ਪਾਸੇ ਪਰ ਜਿਹੜਾ ਤੁਸੀਂ ਹੁਸਨ ਭਾਲਦੇ ਹੋ ਨਾ ਹੁਸਨ ਤਰਕੀ ਅਤੇ ਅਜਰਬਾਈ ਜਾਣ ਵਾਲਾ ਉਹ ਨਹੀਂ ਕਿਤੇ ਮਿਲਣਾ ਬਾਬੇ ਬਾਹਲਾ ਉੱਚਾ ਬਾਬੇ ਬਾਹਲਾ ਉੱਚਾ ਉਹ ਕਿੱਧਰ ਵੱਗ ਗਿਆ ਬਾਬੇ ਉਹ ਨਵੇਂ ਸਾਲ ਵਾਲੇ ਦਿਨ ਤਾਂ ਇੱਥੇ ਪੈਰ ਧਰਨ ਨੂੰ ਥਾਂ ਨਹੀਂ ਹੋਣਾ ਨਵੇਂ ਸਾਲ ਵਾਲੇ ਦਿਨ ਤਾਂ ਵਧੀਆ ਹੁਣ ਆ ਗਏ ਨਵੇਂ ਸਾਲ ਦਾ ਬਾਹਲੇ ਪੀੜ ਪੜਾਕਾ ਹੁੰਦਾ ਹੋਣਾ ਆਹ ਤਾਂ ਭੈਣ ਚੋਦਾਂ ਨੇ ਬਾਬੇ ਸੁਰੇ ਲਾਇਆ ਤਾ ਮੇਰੇ ਸਾਲ ਨੇ ਸੀਨ ਨਾ ਹੋਏ ਹੈ ਦਸ ਕੁ ਮਿੰਟ ਚੱਲਿਆ 10 ਕੁ ਮਿੰਟ ਪੜਾਕੇ ਜੇ ਪਾ ਕੇ ਬੰਦ ਵੀ ਹੋ ਗਿਆ ਹੁਣ ਦੁਬਾਰੇ ਫਿਰ ਚੱਲੂ ਪਤਾ ਨਹੀਂ ਕਦੋਂ ਚੱਲੂ ਉਹਨਾਂ ਨੂੰ ਵੇਟ ਕਰਨੀ ਪਊਗੀ ਥੋੜ੍ਹਾ ਚੁਗਲਾ ਠਾਠ 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 ਘੰਟੇ ਬਾਅਦ ਚੱਲਦਾ ਦੱਸੋ ਤੁਹਾਡੀ ਬੁੰਡ ਪਾੜਦੀ ਚਲਾਈ ਚੱਲੋ ਭੈਣ ਦੇ ਯਾਰ ਉਹ ਬਟਨ ਨਹੀਂ ਦੱਬਣਾ ਚੱਲੀ ਜਾਣ ਦੇ ਆਪੀ ਲੋਕ ਫੋਟੋਆਂ ਖਿੱਚ ਕੇ ਬੋਰ ਹੋ ਕੇ ਪਰਾਂ ਪਾ ਜਾਣਗੇ 10 ਕੁ ਮਿੰਟ ਚਲਾ ਕੇ ਫਿਰ ਭੈਣ ਦੇ ਯਾਰ ਬਾ ਪਰਾਂ ਕਰ ਦਿੰਦੇ ਨੇ ਤੁਹਾਨੂੰ ਗਰਿੱਡ ਦਿਖਾ ਕੇ ਲਿਆਉਂ ਬਾਬੇ ਦਾ ਗਰਿੱਡ ਬਹੁਤ ਵੱਡਾ ਗਰਿੱਪ ਭੈਣ ਦੇ ਯਾਰ ਦੇ ਸਫੈਦਾਂ ਜਿਹੜੇ ਨੇ ਉਹ ਵੀ ਦਿਖਾਊਂ ਤੁਹਾਨੂੰ
ਮਾਹੌਲ ਰਾਤ ਨੂੰ ਬੜਾ ਗਰਮ ਆਉਂਦਾ ਮਾਹੌਲ ਰਾਤ ਨੂੰ ਬੜਾ ਗਰਮ ਆਉਂਦਾ ਬੁਰਜ ਖਲੀਫਾ ਠੰਡੀ ਹੋ ਗਈ ਜਿਹੜਾ ਮੇਨ ਮੋਲ ਆ ਉੱਥੇ ਆ ਇੱਧਰਲੇ ਪਾਸੇ ਉਹਦੇ ਉੱਪਰ ਦੀ ਘੁੰਮ ਕੇ ਆ ਕੇ ਆ ਕੇ ਆ ਕੇ ਠੀਕ ਆ ਬੁਰਜ ਖਲੀਫਾ ਦੇ ਉੱਪਰ ਦੀ ਘੁੰਮ ਕੇ ਆ ਕੇ ਉਹ ਫੰਗ ਜੇ ਤੁਹਾਨੂੰ ਦੇਖਣ ਨੂੰ ਆਹ ਮਿਲਣਗੇ ਉਹ ਸੀਗੇ ਫੰਗ ਜੇ ਉੱਥੇ ਸਪੈਸ਼ਲ ਸਰਚ ਲਾਈਟ ਲਾਈ ਹੋਈ ਆ ਕਹਿੰਦੇ ਫੋਟੋਗ੍ਰਾਫੀ ਕਰਨੀ ਹੈ ਵੀਡੀਓ ਬਣਾਉਣੀ ਹੈ ਬੜੀਆਂ ਘੈਂਟ ਘੈਂਟ ਫੋਟੋਗ੍ਰਾਫੀ ਵੀਡੀਓਗ੍ਰਾਫੀ ਹੁੰਦੀ ਹੈ ਪਰ ਖਿੱਚਣ ਦਾ ਤਰੀਕਾ ਚਾਹੀਦਾ ਦੇਖੋ ਸਾਈਕਲ ਜੀ ਦੱਬੀ ਜਾਂਦੇ ਕੁੜੀ ਆਪਣੇ ਵਰਗੇ ਬ੍ਰੇਕ ਪੂਰੇ ਕਾਮਯਾਬ ਨੇ ਆਹ ਆ ਗਏ ਫੰਗ ਜੇ ਬਾਬੇ ਫੋਟੋ ਸ਼ੂਟ ਚੱਲ ਰਿਹਾ ਇੱਥੇ ਬਾਹਰ ਹੀ ਬੁਰਜ ਖਲੀਫਾ ਦਿਖਦੀ ਹੈ ਇਹ ਤਾਂ ਰੋਡ ਦੇ ਉੱਪਰ ਹੀ ਹੈ ਖੰਜੂਰਾਂ 'ਤੇ ਵੀ ਦੀਪਮਾਲਾ ਲੱਗੀ ਹੋਈ ਹੈ ਭੀੜ ਹੋਈ ਪਈ ਆ ਪੂਰੀ ਕਿਉਂ ਚੱਲਦਾ ਫੋਟੋ ਸ਼ੂਟ ਹੈ ਕੁੜੀਆਂ ਵਾਲਾ ਫੀਲ ਨਹੀਂ ਮੁੰਡੇ ਵੀ ਖਿਚਾ ਸਕਦੇ ਨੇ ਜ਼ਰੂਰੀ ਨਹੀਂ ਹੈਗਾ ਕੁੜੀਆਂ ਦੇ ਫੰਗ ਹੁੰਦੇ ਨੇ ਆਪਾਂ ਦੂਜਾ ਰਾਕਸ਼ਸ ਵਾਲੇ ਖੰਭ ਲਾ ਦਾਂਗੇ ਕਾਲੇ ਕਰ ਦਾਂਗੇ ਇਹਨਾਂ ਨੂੰ ਇੱਧਰ ਆ ਕੇ ਹੋਇਆ ਪਈ ਇਹਨਾਂ ਨੂੰ ਮਾਹੌਲ ਪਕਿਆ ਪਿਆ ਇੱਧਰ ਪੂਰਾ ਆਹ ਸਾਰੀਆਂ ਫੋਟੋ ਸ਼ੂਟ ਵਾਲੀਆਂ ਨਵੀਆਂ ਵਿਆਹੀਆਂ ਜੋੜੀਆਂ ਉਹ ਤੁਰਕੀ ਵਾਲੇ ਆ ਗਏ ਉਹ ਪਤਾ ਨਹੀਂ ਕਿਹੜੀ ਕੰਟਰੀ ਵਾਲੇ ਚੱਲੇ ਨੇ ਤਾਹਾਂ ਦੀ ਗੇੜਾ ਲਾ ਕੇ ਆਉਣਾ ਆ ਗਏ ਤੁਰਕੀ ਵਾਲੇ ਆ ਗਏ ਤੁਰਕੀ ਵਾਲੇ ਆਪਣਾ ਤਾਂ ਹੈ ਨਹੀਂ ਬਾਬੇ ਇਹਨਾਂ 'ਚ ਆਉਣਗੇ ਹੈਗੇ ਸੀ ਮਿਊਜ਼ਿਕ ਦੇ ਹਿਸਾਬ ਨਾਲ ਬਾਬੇ ਇਹ ਚੱਲਦੇ ਨੇ ਫਾਰੇ ਮਿਊਜ਼ਿਕ ਦੇ ਹਿਸਾਬ ਨਾਲ ਬਾਬੇ ਇੱਕ ਮੈਂ ਤੁਹਾਨੂੰ ਹੋਰ ਕੰਮ ਦੀ ਗੱਲ ਦੱਸਦਾ ਜੇਕਰ ਤੁਸੀਂ ਵਾਈਫਾਈ ਚਲਾਉਣਾ ਤਾਂ ਸਾਰਾ ਦੁਬਈ ਮਾਲ ਅਤੇ ਬੁਰਜ ਖਲੀਫਾ ਦੇ ਆਲੇ ਦੁਆਲੇ ਦੁਬਈ ਵਾਈਫਾਈ ਚੱਲਦਾ ਠੀਕ ਹੈ ਉਹ ਫਰੀ ਹੈ ਉਹਦੇ ਵਿੱਚ ਆਪਦਾ ਨਾਂ ਭਰਨਾ ਈਮੇਲ ਭਰਨੀ ਆਪਦਾ ਇੰਡੀਆ ਨੰਬਰ ਭਰ ਕੇ ਓਕੇ ਕਰ ਦਿਉ ਬਸ ਉਹ ਤੋਂ ਬਾਅਦ ਤੁਹਾਡਾ ਵਾਈਫਾਈ ਚੱਲ ਜੂਗਾ ਠੀਕ ਹੈ ਕਈ ਵਾਰ ਜੇ ਤੁਹਾਡੇ ਕੋਲ ਸਿਮ ਨਹੀਂ ਮਿਲਦਾ ਜਾਂ ਤੁਸੀਂ ਪਹਿਲੇ ਹੀ ਆਉਣ ਸਾਰ ਇੱਕ ਦੋ ਦਿਨ ਹੀ ਰੁਕਣਾ ਤਾਂ ਸਿੱਧਾ ਇੱਥੇ ਆ ਕੇ ਇੱਥੇ ਆਲੇ ਦੁਆਲੇ ਵਾਈਫਾਈ ਚੱਲੂ ਫਰੀ ਆ ਪੂਰੀ ਸਪੀਡ ਚੱਲਦੀ ਠੀਕ ਆ ਓਕੇ ਕੈਨੇਡਾ ਸਿੰਗਾਪੁਰ ਇੰਗਲੈਂਡ ਪਾਕਿਸਤਾਨ ਆਪਣਾ ਜੋਰਡਨ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਆਪਣਾ ਮਿਨਾਤ ਅਜ਼ਰਬਾਈਜਾਨ ਜੋਰਡਨ ਯਾਰ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਚੱਲ ਦੋ ਬੈਡ ਤਾਂ ਠੀਕ ਸੀ ਤੀਜਾ ਬੈਡ ਕੀ ਕਿਹਦੇ ਵਾਸਤੇ ਰਹੀ ਯਾਰ ਬੜਾ ਕੋਈ ਬਾਬਿਓ ਅਸੀਂ ਦੁਬਈ ਦੇ ਬਾਜ਼ਾਰ 'ਚ ਆਏ ਹਾਂ ਜਿੱਥੇ ਬਾਬੇ ਸੇਖਾਂ ਦੀਆਂ ਡਰੈੱਸਾਂ ਮਿਲਦੀਆਂ ਨੇ ਸੇਖਾਂ ਦੀਆਂ ਡਰੈੱਸਾਂ ਇੱਥੇ ਬਹੁਤ ਮਹਿੰਗੀਆਂ ਨੇ ਮੌਲ ਦੇ ਵਿੱਚ ਬਹੁਤ ਜ਼ਿਆਦਾ ਰੇਟ ਦਾ ਫਰਕ ਹੈ ਉੱਥੇ ਦੁੱਗੜੇ ਰੇਟ ਨੇ ਇੱਥੇ ਅੱਧੇ ਰੇਟ ਨੇ
ਠੀਕ ਹੈ ਤੇ ਅਸੀਂ ਆਏ ਯੂਨੀਅਨ ਤੋਂ ਪਹਿਲਾਂ ਤੁਸੀਂ ਯੂਨੀਅਨ ਉਤਰਨਾ ਯੂਨੀਅਨ ਉਤਰ ਕੇ ਉਸ ਤੋਂ ਬਾਅਦ ਕਿੱਥੇ ਆਉਣਾ ਬਨਿਆਸ ਸੁੱਕ ਯੂਨੀਅਨ ਤੋਂ ਬਾਅਦ ਬਨਿਆਸ ਸੁੱਕ ਇਸ ਮਾਰਕੀਟ ਨੂੰ ਕਿਆ ਬੋਲਦੇ ਭਾਈ ਇਸ ਮਾਰਕੀਟ ਨੂੰ ਕਿਆ ਬੋਲਦੇ ਨਾਈਫ ਸੁੱਕ ਕੇ ਆ ਗਏ ਬਾਬੇ ਜੀ ਮਾਰਕੀਟ ਹੈ ਇੱਥੋਂ ਸੁਕਲ ਫਸਲ ਕੇ ਸਾਥ ਬਾਬੇ ਠੀਕ ਹੈ ਨਾਈਫ ਸੁੱਕ ਬਾਬੇ ਇੱਥੇ ਸਾਰੀ ਡਰੈਸਾਂ ਨੇ ਸਿੱਖ ਵਾਲੀਆਂ ਅਲੱਗ ਅਲੱਗ ਤਰ੍ਹਾਂ ਦੀਆਂ ਉਹ ਵੀ ਰੇਟ ਬਹੁਤ ਘੱਟ ਠੀਕ ਹੈ ਤੁਹਾਨੂੰ ਮੈਂ ਦਿਖਾਉਣਾ ਹੁਣ ਅਸੀਂ ਅੱਜ ਦੋ ਆ ਸਿੱਖਾਂ ਦੀਆਂ ਡਰੈਸਾਂ ਲੈ ਕੇ ਜਾਂਦੀਆਂ ਨੇ ਅਤੇ ਸਾਰਾ ਬਾਜ਼ਾਰ ਆ ਇੱਥੇ ਬਹੁਤ ਚੀਜ਼ਾਂ ਮਿਲਦੀਆਂ ਨੇਗੀਆਂ ਦੇਖ ਕੇ ਲਿਆ ਹੋਣਾ ਤੁਹਾਨੂੰ ਦੱਸਾਂਗੇ ਕਿਹੜੀ ਡਰੈਸ ਹੈ ਕਿੰਨੇ ਦੀ ਹੈ ਪ੍ਰੋਪਰ ਡਰੈਸ ਕੀ ਕਲਰ ਨੇ ਸਾਰਾ ਕੁਝ ਦੱਸਾਂਗੇ ਬਾਬੇ ਉਹ ਨਾਈਫ ਸੁੱਖ ਬਾਬੇ ਮਾਰਕੀਟ ਆ ਬਾਬੇ ਇੱਥੇ ਸਪੈਸ਼ਲ ਡਿੱਕ ਇੱਥੇ ਸਾਰੀਆਂ ਸਿੱਖਾਂ ਦੀਆਂ ਡਰੈਸਾਂ ਮਿਲਦੀਆਂ ਨੇ ਅਲੱਗ ਅਲੱਗ ਠੀਕ ਹੈ ਬਹੁਤ ਘੱਟ ਰੇਟ 'ਤੇ ਠੀਕ ਹੈ ਮੈਂ ਦੋ ਤਿੰਨ ਲੈ ਕੇ ਜਾਊਂਗਾ ਉਹਨੇ ਦੇ ਉੱਤੇ ਇੱਕ ਡਰੈਸ ਮਿਲਣੀ ਸੀ ਉਹਨੇ ਦੇ ਇੱਥੋਂ ਦੋ ਤਿੰਨ ਮਿਲ ਜਾਣਗੀਆਂ ਅਲੱਗ ਅਲੱਗ ਰੇਟ ਨੇ ਹੁਣ ਅਸੀਂ ਚੱਲੇ ਹਾਂ ਅੰਦਰ ਇਹ ਸੀਗੀ ਨਾਈਫ ਮਾਰਕੀਟ ਗੇਟ ਨੰਬਰ 2 ਸਿੱਖਾਂ ਵਾਲੀ ਡਰੈਸ ਬਾਬੇ ਬੁੜੀਆਂ ਦੀਆਂ ਡਰੈਸਾਂ ਬਹੁਤ ਜ਼ਿਆਦਾ ਨੇ ਇੱਥੇ ਸਮਾਨ ਨਜਾਇਜ਼ ਹੀ ਮਿਲਦਾ ਦੇਖ ਸਕਦੇ ਹੋ ਚਲੋ ਬਾਬੇ ਕਿੱਧਰ ਮਿਲੂ ਆਪਣੀ ਡਰੈਸ ਬਾਬੇ ਇੱਥੇ ਸਾਰੇ ਸਿੱਖਾਂ ਦੀਆਂ ਡਰੈਸਾਂ ਨੇ ਹੁਣ ਆਹ ਸ਼ੋਪ ਚੱਲਿਆ ਅਤੇ ਇੱਥੇ ਚੱਲ ਕੇ ਲੈਂਦੇ ਹਾਂ ਬਾਬੇ ਡਰੈਸ ਪਾ ਪੂ ਕੇ ਦੇਖਦੇ ਹਾਂ ਬਾਬੇ ਉਹ ਇਹਦੇ ਵਿੱਚ ਦੋ ਕੁਆਲਿਟੀ ਆਉਂਦੀਆਂ ਨੇ ਬਾਬੇ ਪਰ ਹਮ ਸੀਖ ਵੀ ਜਾਏਂਗੇ ਨਾ ਵੀਡੀਓ ਮੇ ਕੈਸੇ ਬਣਤੇ ਹਮ ਫਿਰ ਬਾਅਦ ਮੇ ਐਸੇ ਕਰਕੇ ਠੀਕ ਹੈ ਬਾਬੇ ਆਹ ਡਰੈਸ ਲੈਤੀ ਹੈ ਬਾਬੇ ਠੀਕ ਹੈ ਸਾਰੀ ਪ੍ਰੋਪਰ ਡਰੈਸ 120 ਦਰਾਮ ਦੀ ਆਪਣੇ ਇੰਡੀਆ ਦੇ ਹਿਸਾਬ ਨਾਲ 2000
बाबे यही ड्रेस का सानू दुबई मॉल दे विच बाबे 200 दराम 300 दराम 250 दराम तो घट नहीं मिलती, ठीक है। वह भी तीन चीजा नहीं सुन, कल ड्रेस ड्रेस का इना रेट बोलन गए, पर इतने अपन बाबे रेट बहुत घट मिले, ठीक है। 120 दराम की तुम इतो तीन चीजा मिलनगिया सुनो, ड्रैस उपर सिर ते बनने वाला कपड़ा या तो डोरिया ही, ठीक है। जिन्होंने पता नहीं की बोलते हैं, मैं दसिया जी पहला भुल जाना आसी बाबे यूनियन तोना तुम बनियास सिक्योर है बनियास सिक्योर इतने आके फिर कितने नाइफ सुख उसे ड्रैसा मिल जाए ने शेखा। हम अस चलें बुर्ज खलीफा बाबे
मैट्रो आने वाली है ब्रांड ने बाबा दुबई मॉल च देखो बाबे वो शिखर दुपहरे डाट पैंदी है बाबे डाट अग पैंदी है अग बाबे अग पैंदी है अग शिखर दुपहरे बुर्ज खलीफा पूरे डाट पैंदा हथ नहीं मेला भगदा हथ ने ते खड़न नू थां नहीं हुंदा शिखर दुपहरे डाट पैंदी है पूरे ਬਾਬੇ ਉਹ ਅੱਜ ਤੁਹਾਨੂੰ ਲੈ ਕੇ ਜਾਵਾਂਗੇ ਬੁਰਜ ਖਲੀਫਾ ਦੇ ਵਿੱਚ ਦੱਸਾਂਗੇ ਕਿੰਨੀ ਟਿਕਟ ਆ ਵਿੱਚ ਦੇ ਕੀ ਕੁਛ ਹੈ ਕਿੰਨੇ ਸੌ ਫੁੱਟ ਉੱਚੀ ਹੈ ਸਾਰੀ ਗੱਲਬਾਤ ਤੁਹਾਨੂੰ ਵਿੱਚ ਜਾ ਕੇ ਦੱਸਾਂਗੇ ਟਿਕਟ ਲੈ ਰਹੇ ਹਾਂ ਥੋੜ੍ਹੇ ਟਾਈਮ ਤੱਕ ਬਾਬੇ ਉਹ ਗਰਮੀ ਵਾਲੀ ਹੈ ਬਾਬੇ ਗਰਮੀ ਇੰਨੀ ਜ਼ਿਆਦਾ ਨਾ ਕਹਿ ਰਹੇ ਰੱਬ ਦਾ ਨਾਂ ਗਰਮੀ ਇੰਨੀ ਜ਼ਿਆਦਾ ਨਾ ਕਹਿ ਰਹੇ ਰੱਬ ਦਾ ਨਾਂ बहुत ज़्यादा गर्मी है भाई साहब बहुत ज़्यादा